ਸਸ਼ਿਕਾ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਸੁਆਗਤ ਕਰਦਾ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਸਕਰੀਨ ਦੇ ਉੱਤੇ ਲਿਖਿਆ ਆ ਰਿਹਾ ਹੈ ਨੰਬਰ ਹੈ ਜੀ 76963 29488 ਜੇ ਕਿਸੇ ਮੇਰੇ ਵੀਰ ਨੇ ਐਡ ਕਰਾਉਣੇ ਜੀ ਆਪਣੇ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੋਠੀ ਜ਼ਮੀਨ ਦੀ ਗੱਡੀ ਦੀ ਤਾਂ ਇਸ ਨੰਬਰ ਤੇ 5-7 ਫੋਟੋਆਂ ਸੈਂਡ ਕਰ ਦਿਓ ਜੀ ਤੇ ਬਾਕੀ ਦੀ ਸਾਰੀ ਡਿਟੇਲ ਸੈਂਡ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਤੇ ਕਰ ਦਾਂਗੇ ਤੇ ਇੱਕ ਬੇਨਤੀ ਹੈ ਸਾਰੇ ਵੀਰਾਂ ਨੂੰ ਜਿਹੜੇ ਵੀਰ ਆਪਾਂ ਨੂੰ ਮਸ਼ੀਨਰੀ ਸੈਂਡ ਕਰਦੇ ਤੇ ਜਿਹੜਾ ਉਹਨਾਂ ਦਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਕਿਉਂਕਿ ਵਿੱਚ ਦੀ ਬਹੁਤ ਜ਼ਿਆਦਾ ਰੇਟ ਲਾ ਦਿੰਦੇ ਆ ਵੀਰ ਤੇ ਉਹ ਤੋਂ ਬਾਅਦ ਆਪਾਂ ਨੂੰ ਕਮੈਂਟ ਆਉਂਦੇ ਰਹਿੰਦੇ ਆ ਕਿ ਜਿਹੜਾ ਰੇਟ ਹੈ ਬਹੁਤ ਜ਼ਿਆਦਾ ਹੈ ਐਦਾਂ ਦਾ ਕੰਮ ਨਾ ਕਰਿਆ ਕਰੋ ਜੀ ਜਿਹੜਾ ਰੇਟ ਹੈ ਉਹ ਸਹੀ ਭੇਜਿਆ ਕਰੋ ਤੇ ਹੁਣ ਆਪਾਂ ਗੱਡੀਆਂ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀਆਂ ਨੇ ਤੇ ਇੱਕ ਆਪਣੇ ਕੋਲੇ ਨਵੀਂ ਤਿਆਰ ਕੀਤੀ ਹੋਈ ਕੋਟੀ ਹੈ ਸਭ ਤੋਂ ਪਹਿਲਾਂ ਆਪਾਂ ਵੈਲੀ ਜੀਪ ਦੀ ਗੱਲ ਕਰਾਂਗੇ 1997 ਮਾਡਲ ਹੈ ਤੇ ਅਮਲੋਹ ਮਾਲਕਬੀਰ ਦਾ ਏਰੀਆ ਹੈ ਵਧੀਆ ਟਾਇਰ ਨੇ ਪੂਰੇ ਚੌੜੇ ਟਾਇਰ ਨੇ ਰੰਗ ਪੈਟ ਵੀ ਠੀਕ ਪਿਆ ਕਿਸੇ ਪਾਸੋਂ ਕੋਈ ਗਲੀ ਸੜੀ ਨਹੀਂ ਹੈਗੀ ਇੰਜਨ ਗੇਅਰ ਦੀ ਵਧੀਆ ਹੈ 1 ਲੱਖ 10 ਹਜ਼ਾਰ ਵੀ ਨੇ ਡਿਮਾਂਡ ਰੱਖੀ ਹੈ ਜੀ ਇਹ ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਨੋਟ ਕਰ ਲਓ 75987 91003 ਇਹਨਾਂ ਨੂੰ ਫੋਨ ਕਰਕੇ ਤੇ ਜਾ ਕੇ ਚੈੱਕ ਆਊਟ ਕਰਕੇ ਤੇ ਖਰੀਦ ਸਕਦੇ ਜੀ ਅੱਗੇ ਨਸਟ ਆਪਣੇ ਕੋਲੇ ਕੰਬਾਈਨ ਹੈ ਜੀ 2016 ਮਾਡਲ ਹੈ ਤੇ ਵਧੀਆ ਟਾਇਰਾਂ ਦੀ ਕੰਡੀਸ਼ਨ ਹੈ ਜੀ 60 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਫਿਰੋਜ਼ਪੁਰ ਆਹ ਕੰਬਾਈਨ ਖੜੀ ਹੈ ਤੇ ਕੰਬਾਈਨ ਸਾਰਾ ਕਰਵਾ ਰੱਖਿਆ ਕਿਸੇ ਵੀ ਨੇ ਦੇਖਣੀ ਹੋਵੇ ਫਿਰੋਜ਼ਪੁਰ ਜਾ ਕੇ ਦੇਖ ਸਕਦੇ ਹਾਂ ਡਿਮਾਂਡ ਰੱਖੀ ਹੈ ਜੀ ਵੀਰ ਨੇ 10 ਲੱਖ 80 ਹਜ਼ਾਰ ਤੇ ਰੰਗ ਪੈੜ ਸਾਰਾ origignal ਹੈ ਕੈਟਰ ਵਗੈਰਾ ਸਾਰਾ ਕੁਝ ਵਧੀਆ ਪਿਆ ਹੈ ਤੇ ਵਧੀਆ ਕੰਡੀਸ਼ਨ ਹੈ ਜੀ ਕਿਸੇ ਵੀ ਨੇ ਦੇਖਣੀ ਹੋਵੇ ਜਾ ਕੇ ਦੇਖ ਕੇ ਤੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 83 494 73137 10 ਲੱਖ ਤੇ 80 ਹਜ਼ਾਰ ਵੀਨੇ ਡਿਮਾਂਡ ਰੱਖੀ ਹੈ ਜੀ ਤੇ ਕਿਸੇ ਵੀ ਨੇ ਜੇ ਆਪਣੇ ਚੈਨਲ ਨੂੰ ਹੈਲਪ ਕਰਨੀ ਹੋਵੇ ਜੀ ਤਾਂ ਆਪਣਾ Google Pay ਨੰਬਰ ਸਕਰੀਨ ਤੇ ਲਿਖਿਆ ਆ ਰਿਹਾ 62804 028 47 ਇਸ ਨੰਬਰ ਤੇ ਤੁਸੀਂ ਆਪਾਂ ਨੂੰ ਡੁਗਲਪੈ ਕਰ ਸਕਦੇ ਹੋ ਤੇ سپورਟ ਕਰ ਸਕਦੇ ਹੋ ਜੀ ਜੇ ਕਿਸੇ ਵੀ ਨੇ ਦਿਲੋਂ ਕਰਨੀ ਹੋਵੇ ਤੇ ਹੁਣ ਆਪਾਂ ਅੱਗੇ ਇਨੋਵਾ ਗੱਡੀ ਦੀ ਗੱਲ ਕਰਾਂਗੇ ਜੀ ਇਨੋਵਾ ਗੱਡੀ ਪਹੁੰਚੀ ਆਪਣੇ ਕੋਲੇ ਆਹ ਗੱਡੀ ਜੀ ਆਪਣੇ ਕੋਲੇ ਕੋਟਕਪੂਰਾ ਏਰੀਆ ਚੋਂ ਆਈ ਹੈ 2012 ਮਾਡਲ ਗੱਡੀ ਹੈ ਜੀ ਤੇ ਵਧੀਆ ਨਵੇਂ ਸੀਟ ਕਵਰ ਨੇ ਤੇ ਸਰਵਿਸ ਹੁਣੇ ਕਰਵਾਈ ਹੈ ਵੀਨੇ ਰੰਗ ਪੈਟ ਸਾਰਾ オリジナル ਹੈ ਕਿਸੇ ਪਾਸੋਂ ਕੋਈ ਡੈਂਟ ਨਹੀਂ ਹੈਗਾ ਨਾ ਕੋਈ ਸਿੰਗਲ ਸਕ੍ਰੈਚ ਨੋਨ ਐਕਸੀਡੈਂਟ ਗੱਡੀ ਹੈ ਜੀ 5 ਲੱਖ ਵੀਰ ਨੇ ਡਿਮਾਂਡ ਰੱਖੀ ਆ ਤੇ ਵੀਰ ਕਹਿੰਦੇ ਸੀਗੇ ਮੌਕੇ ਤੇ ਲੈਸ ਵੀ ਕਰ ਦਾਂਗੇ ਤੇ ਨੰਬਰ ਨੋਟ ਕਰ ਲਓ ਜੀ ਜਿਹੜੇ ਵੀਰ ਦੀ ਗੱਡੀ ਆ 98700 28 31402 ਤੇ ਇਹਨਾਂ ਨੂੰ ਫੋਨ ਕਰਕੇ ਜੀ ਤੇ ਜਾ ਕੇ ਤੇ ਖਰੀਦ ਸਕਦੇ ਹੋ ਤੇ ਜਿੰਨੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਆਪਣੇ ਚੈਨਲ ਤੇ ਦੇਖਣਾ ਪਸੰਦ ਕਰਦੇ ਨੇ ਤਾਂ ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋਊਗਾ ਜਿੱਤੇ ਸਬਸਕ੍ਰਾਈਬ ਲਿਖਿਆ ਹੈ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਆਲਟ ਸੈਟ ਕਰਕੇ ਕਲਿੱਕ ਕਰ ਦਿਓ ਜੀ ਤੇ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤਾਂ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਕੋਲੇ ਉਸੇ ਟਾਈਮ ਪਹੁੰਚ ਜਾਊਗਾ ਤੇ ਉਸੇ ਟਾਈਮ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਵੀਡੀਓ ਵਧੀਆ ਲੱਗੇ ਵੀ ਲਾਈਕ ਜ਼ਰੂਰ ਕਰ ਦਿਓ ਜੀ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਮਾਰ ਦਿਓ ਅੱਗਿਆ ਆਪਾਂ ਮਹਿੰਦਰਾ ਬਲੇਰੋ ਪਿਕਅਪ ਦੀ ਗੱਲ ਕਰਾਂਗੇ ਜੀ 2013 ਮਾਡਲ ਗੱਡੀ ਹੈ ਜੀ ਆਹ ਮੋਗੇਰੀਓ ਚੋਂ ਆਈ ਹੈ ਕਾਗਜ਼ ਪੱਤਰ ਸਾਰੇ ਪੂਰੇ ਨੇ ਵੀ ਨੇ ਦੱਸਿਆ ਬੀਮਾ ਫੁੱਲ ਹੈ ਤੇ ਸਾਫ਼ ਗੱਡੀ ਹੈ ਕੋਈ ਬਾਡੀ ਚੈਸੀ ਕੋਈ ਦਿੱਕਤ ਨਹੀਂ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਵਧੀਆ ਟਾਇਰ ਨਹੀਂ 415000 ਵੀ ਨੇ ਡਿਮਾਂਡ ਰੱਖੀਏ ਜੀ ਤੇ ਨੰਬਰ ਨੋਟ ਕਰ ਲਓ 78141 48652 ਇਹਨਾਂ ਨੂੰ ਫੋਨ ਕਰਕੇ ਜੀ ਤੇ ਆਹ ਪੀਕਅਪ ਤੁਸੀਂ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਕੋਠੀ ਦੀ ਕੋਠੀ ਪਹੁੰਚੀ ਜੀ ਆਪਣੇ ਕੋਲੇ ਪੂਰੀ ਵਧੀਆ ਨਮੀ ਤਿਆਰ ਹੈ ਤੇ ਹੁਣੇ ਪਲਾਸਟਰ ਵਗੈਰਾ ਕਰਾਇਆ ਵੀਰ ਨੇ ਸਾਰਾ ਤੇ ਸਾਰੀ ਜਿੰਨੀ ਜਗ੍ਹਾ 8 ਮਰਲੇ ਵਿੱਚ ਕੋਠੀ ਆਹ ਬਣੀ ਹੋਈ ਹੈ ਤੇ ਬਟਾਲਾ ਮਾਲਕ ਵੀਰ ਦਾ ਏਰੀਆ ਜੀ 11 ਕਮਰੇ ਨੇ ਕੋਠੀ ਚ ਤੇ 4 ਬਾਥਰੂਮ ਨੇ 2 ਕਿਚਨ ਨੇ ਤੇ ਸਾਰੀ ਜਿਹੜੀ ਕੋਠੀ ਹੈ ਤਿਆਰ ਹੈ ਜੀ ਤੇ ਡਿਮਾਂਡ ਰੱਖਿਆ ਵੀ ਇਹਨੇ 45 ਲੱਖ ਤੇ ਬਾਕੀ ਵੀਡੀਓ ਤੁਸੀਂ ਦੇਖੋਗੇ ਤੇ ਵੀ ਇਹਨੇ ਸਾਰੀ ਕੋਠੀ ਜਿਹੜੀ ਟੋਟਲ ਦਿਖਾਈ ਹੈ ਜੀ ਆਹ ਦੇਖੋ ਅੰਦਰ ਵੜੀਏ ਤੇ ਆਹ ਇਧਰ ਬਾਥਰੂਮ ਕਮਰੇ ਇੱਕ ਕਿਚਨ ਹੈ ਥੱਲੇ 5 ਕਮਰੇ ਆ ਉੱਪਰ ਜਾਵਾਂਗੇ ਦੂਸਰੀ ਮੰਜ਼ਲ ਤੇ ਪਲਸਤਰ ਹੋਈ ਨਵੀਂ ਬਣੀ ਹੈ ਫਰਸਟ ਕਮਰਾ ਐਮਪੀ ਤਿੰਨ ਕਮਰੇ ਆਉਂਦੇ ਹੋਰ ਜੇ ਵਧੀਆ ਕਮਰੇ ਬਣੇ ਨੇ ਉਹ ਕੋਠੇ ਪਿਆਰ ਕੀਤੀ ਹੈ ਆ ਬਾਥਰੂਮ ਹੈ ਤੇ ਹੁਣ ਤੀਸਰੀ ਮੰਜ਼ਲ ਤੇ ਜਾਵਾਂਗੇ ਦੇਖੋ ਵਧੀਆ ਤਿਆਰ ਕੀਤੀ ਏ ਆ ਉੱਤੇ ਦੋ ਕਮਰੇ ਨੇ ਵਧੀਆ ਤਿਆਰ ਹੋਏ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਕੋਠੀ ਕਿਵੇਂ ਦੇ ਲੱਗੀ ਤੁਸੀਂ ਦੇਖੀ ਸਾਰੀ ਤੇ ਆਪਦੀ ਰਾਏ ਜਰੂਰ ਦਿਓ ਜੀ ਜੇ ਕਿਸੇ ਵੀ ਨੇ ਕੋਠੀ ਖਰੀਦਣੀ ਹੋਵੇ ਤਾਂ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਜੀ ਨੰਬਰ ਹੈ ਵੀਰ ਦਾ 9056107743 ਤੇ ਅੱਜ ਲਈ ਐਨਰਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਸ਼ੀਨਰੀਆਂ ਗੱਡੀਆਂ ਕੋਠੀ ਜਰੂਰ ਦੱਸਿਓ ਜੀ ਕਿਵੇਂ ਦੀ ਲੱਗੀ ਤੇ ਹੁਣ ਦਿਓ ਜੀ ਇਜਾਜ਼ਤ ਮਿਲਦਿਆਂ ਵੀਰ ਜੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਤੇ ਨਵੀਂ ਮਸ਼ੀਨਰੀਆਂ ਦੇ ਨਾਲ ਜੀ ਤੇ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਤੇ ਰੱਬ ਰੱਖ ਅਜੀ